अस्सलाम वालेकुम जी, जाबा न्यूज़ ਦੇ ਵਿੱਚ ਖੁਸ਼ਾਮਦੀਦ ਤੇ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਨਾਬ ਵਾਦੀ ਜਾਬਾ ਦੇ ਉਧਰ ਗਿਰਦਨਵਾਦ ਦੇ ਗ੍ਰਾਮ ਜਿੱਥਾ ਗੰਨਮ ਦੀ ਕਟਾਈ ਦਾ ਸਿਲਸਿਲਾ ਜਾਰੀ ਹੋ ਗਿਆ ਹੈ। ਇਹ ਮਹੀਨੇ ਜਿਹੜੇ ਨੇ ਇਹ ਕਿਸਾਨਾਂ ਲਈ ਬੜੀ ਮਿਹਨਤ ਤੇ ਮੁਸ਼ਕਲ ਦੇ ਹੁੰਦੇ ਨੇ ਤੇ ਗੰਨਮ ਦੀ ਕਟਾਈ ਤੇ ਬਿਜਾਈ ਕਿਸਾਨਾਂ ਲਈ ਬੜੀ ਉਮੀਦ ਦੀ ਅਮਲ ਹੁੰਦੀ ਤੇ ਕਿਸਾਨ ਇਹਨਾਂ ਦਿਨਾਂ ਵਿੱਚ ਦਿਨ ਭਰ ਦੇ ਮਿਹਨਤ ਕਰਕੇ ਇਸ ਗੰਨਮ ਨੂੰ ਕੱਟ ਕੇ ਤੇ ਇਹਨੂੰ ਵੱਢ ਕੇ ਇੱਕ ਤਰੀਕੇ ਦੇ ਨਾਲ ਇੱਕ ਜਗ੍ਹਾ ਤੇ ਮਹਿਫੂਜ਼ ਕਰਦੇ ਨੇ ਤੇ ਨਾਲ ਥਰੈਸ਼ਰ ਲਾ ਕੇ ਦਾਣਾ ਤੇ ਪੋਹ ਨੂੰ ਅਲੱਦਾ ਅਲੱਦਾ ਕਰਦੇ ਨੇ। ਕਿਸਾਨਾਂ ਲਈ ਇਹ ਚੀਜ਼ ਬੜੀ ਉਮੀਦ ਦੀ ਅਮਲ ਹੈ ਕਿਉਂਕਿ ਇਹ ਹੀ ਉਹਨਾਂ ਦੇ ਸਾਲ ਭਰ ਦੀ ਮਿਹਨਤ ਦਾ ਨਤੀਜਾ ਹੁੰਦੀ ਹੈ ਔਰ ਇਹ ਹੀ ਸਾਲ ਭਰ ਦੀ ਮਿਹਨਤ ਦਾ ਫਲ ਹੈ। ਕਿਸਾਨਾਂ ਲਈ ਜਦ ਗੱਲ ਕੀਤੀ ਤੇ ਉਹਨਾਂ ਦੱਸਿਆ ਕਿ ਇਹ ਮੌਸਮ ਔਰ ਦਿਨ ਉਹਨਾਂ ਲਈ ਬੜੀ ਉਮੀਦ ਦੇ ਅਮਲ ਨੇ, ਪਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਦਾ ਮੂਡ ਬਾਰ ਬਾਰ ਬਣਦਾ ਹੈ ਜਿਹਦੀ ਵਜ੍ਹਾ ਤੋਂ ਉਹ ਕਾਫ਼ੀ ਪਰੇਸ਼ਾਨ ਨੇ ਅਤੇ ਉਹ ਰੱਬ ਅੱਗੇ ਦੁਆ ਗਾਓ ਵੀ ਨੇ ਕਿ ਇਹ ਬਾਰਿਸ਼ਾਂ ਦਾ ਸਿਲਸਿਲਾ ਕੁਝ ਦਿਨ ਠਹਿਰ ਜਾਏ ਤਾਂ ਕਿ ਉਹ ਗੰਦਮ ਦੀ ਕਟਾਈ ਬਿਜਾਈ ਕਰਕੇ ਉਹਨੂੰ ਆਪਣੇ ਮਕਾਮ ਦੇ ਮਹਿਫੂਜ਼ ਕਰ ਲਵਾਂ। ਜਾਬੇ ਦੇ ਇਰਦ ਗਿਰਦ ਦੇ ਵਿੱਚ ਲੋਕਾਂ ਬੜੀ ਟੋਲੀਆਂ ਦੀਆਂ ਟੋਲੀਆਂ ਜਿਹੜੀਆਂ ਨੇ ਗੰਦਮ ਦੀ ਕਟਾਈ ਕਰ ਰਹੀਆਂ ਨੇ ਅਤੇ ਲੋਕ ਇੱਕ ਦੂਜੇ ਤੋਂ ਅੱਗੇ ਔਰ ਜਲਦੀ ਜਲਦੀ ਕੱਟਣ ਦੀ ਕੋਸ਼ਿਸ਼ ਕਰਦੇ ਨੇ। ਖੇਤਾਂ ਦੇ ਵਿੱਚ ਮੇਲੇ ਲੱਗੇ ਹੋਏ ਨੇ, ਲੋਕ ਜਲੇਬੀਆਂ ਦੇ ਪਕੌੜੇ ਲੈ ਕੇ ਜਾ ਰਹੇ ਨੇ ਤੇ ਨਾਲੇ ਪਰਾਤਾਂ ਦੀਆਂ ਪਰਾਤਾਂ ਰੋਟੀਆਂ ਦੀਆਂ ਭਰੀਆਂ ਜਾ ਰਹੀਆਂ ਨੇ। ਇਹ ਮੰਜ਼ਰ ਬੜੇ ਦਿਲਕਸ਼ ਤੇ ਬੜੇ ਖੂਬਸੂਰਤ ਲੱਗ ਰਹੇ ਨੇ ਤੇ ਲੋਕ ਮੁਖਤਲਿਫ ਘਰਾਂ ਦੇ ਇੱਕ ਜਗ੍ਹਾ ਤੇ ਬਹਿ ਕੇ ਰੋਟੀ ਪਾਣੀ ਕਰ ਰਹੇ ਨੇ, ਜਿਹੜੀ ਕਿ ਇਤਿਹਾਦ ਤੇ ਇਤਫਾਕ ਦੀ ਨਿਸ਼ਾਨੀ ਹੈ। ਜਾਬਾ ਨਿਊਜ਼, ਸਰਾਏ ਆਲਮਗੀਰ।